ਵਿੱਚ ਉਡੀਕਾਂ ਦੇ ਬੈਠੀ ਹਮੇ ਸੋਹਣਿਆ ਸ਼ਾ ਸਵਾਰਾ ਕਦੀਆ ਯਕੀਨਨ ਤੁਸੀਂ ਵੀ ਇਸ ਵਾਸਤੇ ਆਏ ਹੋਣੇ ਹੋ, ਲੇਕਿਨ ਮੈਂ ਆਪਣੀ ਗੱਲ ਤੁਹਾਡੇ ਸਾਹਮਣੇ ਰੱਖਦਾ ਫਕਤ ਇਸ ਵਾਸਤੇ ਕਿਉਂਕਿ ਅੱਜ ਤੱਕ ਕਿਸੇ ਮੇਰੀ ਜ਼ਿੰਦਗੀ ਦੇ ਵਿੱਚ ਥੋੜ੍ਹੀ ਜ਼ਿੰਦਗੀ ਮੈਂ ਨਹੀਂ ਸੁਣਿਆ ਕਿ ਕਿਸੇ ਆਪਣੀ ਬੇਟੀ ਦੀ ਆਉਣ ਦੀ ਖੁਸ਼ੀ ਮਨਾਈ ਹੋਵੇ ਫਕਤ ਇਸ ਵਾਸਤੇ ਕਿ ਉਹ ਸੋਹਣਾ ਰਾਜ਼ੀ ਹੋ ਗਿਆ। ਤਾਂ ਉਸ ਸੋਹਣੇ ਦੀ ਬਾਰਗਾਹ ਦੇ ਵਿੱਚ ਹੀ ਵਿੱਚ ਉਡੀਕਾਂ ਦੇ ਬੈਠੀ ਸੋਹਣਿਆ ਸ਼ਾ ਸਵਾਰਾ ਕਦੀਆ ਜਵੇੜੇ ਮੇਰੇ ਵਿੱਚ ਉਡੀਕਾਂ ਦੇ ਬੈਠੀ ਹਮੇ ਸੋਹਣਿਆ ਵਿੱਚ ਉਡੀਕਾਂ ਯਾ ਰਸੂਲ ਅੱਲਾ ਮੇਰੇ ਘਰ ਵੀ ਚਰਾ ਹੋਵੇ ਯਾ ਨਬੀ ਮੇਰੇ ਘਰ ਵੀ ਚਰਾਗਾ ਹੋਵੇ ਯਾ ਨਬੀ ਦੂਰ ਕਰ ਦੇ ਤੂੰ ਆ ਕੇ ਜਾਨੀਆਂ
زمار سن کہ حضرت زمار جدو کلمہ نہیں سی پڑھیا تے سونے نو دم کرن آئے سن تے جدو نظر کرم ہو گئی زندگی بدل گئی۔ تو ہر بندے دی یہ خواہش ہے اور سونے مصطفیٰ صلی اللہ علیہ وسلم دی بارگاہ دے وچ یہ عرض کردے ہاں کہ کر کے نظر کرم دی نگاہ سونے سونے